ਸਾਡੀ ਵੀਡੀਓ ਦੇ ਪਹਿਲੇ ਭਾਗ ਵਿੱਚ ਅਸੀਂ ਗੱਲ ਕੀਤੀ ਸ਼ੇਪੋ ਦੀ, ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਬਾਹਰ ਆਉਂਦੇ ਨੇ। ਹੁਣ ਕਿਲ੍ਹਾ ਛੱਡਣ ਤੋਂ ਬਾਅਦ ਜਦੋਂ ਸਾਰਾ ਪਰਿਵਾਰ ਜਾ ਰਿਹਾ ਸੀ ਤਾਂ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਸਰਸਾ ਨਦੀ ਪੂਰੇ ਜ਼ੋਰਾਂ 'ਤੇ ਸੀ। ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਕਾਲੀ ਬੋਲੀ ਰਾਤ ਅਤੇ ਉਸ ਦਿਨ ਲਗਾਤਾਰ ਮੀਂਹ ਪੈ ਰਿਹਾ ਸੀ। ਚੜ੍ਹੀ ਹੋਈ ਸਰਸਾ ਜਿਸ ਵਿੱਚੋਂ ਪਰਿਵਾਰ ਨੇ ਲੰਘ ਕੇ ਜਾਣਾ ਸੀ। ਅਜੇ ਕੁਝ ਸਿੰਘ ਹੀ ਸਰਸਾ ਪਾਰ ਕਰ ਰਹੇ ਸਨ ਕਿ ਅਚਾਨਕ ਪਿੱਛੋਂ ਫੌਜ ਚੜ੍ਹ ਕੇ ਆ ਗਈ। ਮੁਗਲਾਂ ਨੇ ਜੋ ਕੁਰਾਨ ਦੀਆਂ ਸੌਹਾਂ ਖਾਧੀਆਂ ਸਨ ਉਹਨਾਂ ਨੂੰ ਛਿੱਕੇ 'ਤੇ ਟੰਗ ਕੇ ਗੁਰੂ ਜੀ 'ਤੇ ਹੱਲਾ ਬੋਲ ਦਿੱਤਾ। ਭਗਦੜ ਮੱਚ ਗਈ। ਹਨੇਰਾ ਇੰਨਾ ਸੀ ਕਿ ਮੁਗਲ ਸਿਪਾਹੀ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟੀ ਵੱਢੀ ਜਾ ਰਹੇ ਸਨ। ਫਿਰ ਇਸੇ ਸਮੇਂ ਸਰਸਾ ਪਾਰ ਕਰਦੇ ਸਮੇਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਅਲੱਗ ਹੋ ਗਏ। ਦੋਵੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਅਲੱਗ ਹੋ ਗਏ ਅਤੇ ਪਿੰਡ ਖੇੜੀ ਵੱਲ ਤੁਰ ਪਏ। ਗੁਰੂ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਅਤੇ ਕੁਝ ਹੋਰ ਸਿੰਘਾਂ ਨਾਲ ਦਿੱਲੀ ਵੱਲ ਨੂੰ ਤੁਰ ਪਏ। ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ 40 ਕੁ ਹੋਰ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਵੱਲ, ਰੋਪੜ ਵੱਲ ਨੂੰ ਤੁਰ ਪਏ। ਪਰ ਮੁਗਲ ਫੌਜ ਅਜੇ ਵੀ ਪਿੱਛਾ ਨਹੀਂ ਛੱਡ ਰਹੀ ਸੀ। ਮੁਗਲਾਂ ਨੇ ਉਸ ਸਮੇਂ ਪੂਰਾ ਮਨ ਬਣਾਇਆ ਹੋਇਆ ਸੀ ਕਿ ਗੁਰੂ ਜੀ ਦੇ ਪਰਿਵਾਰ ਨੂੰ ਸਰਸਾ ਨਦੀ 'ਤੇ ਹੀ ਫੜ ਲਿਆ ਜਾਵੇਗਾ। ਪਰ ਕਹਿੰਦੇ ਨੇ ਨਾ, ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੋਵੇ। ਉਸ ਸਮੇਂ ਗੁਰੂ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਸਾਰੇ ਸਿੰਘ ਸਹੀ ਸਲਾਮਤ ਸਰਸਾ ਪਾਰ ਕਰ ਸਕਣ, ਇਸ ਲਈ ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ ਅਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਕੁਝ ਹੋਰ ਸਿੰਘ ਸੂਰਮੇ ਮੁਗਲਾਂ ਨਾਲ ਲੜ ਰਹੇ ਸਨ ਅਤੇ ਉਹਨਾਂ ਨੂੰ ਰੋਕ ਕੇ ਰੱਖ ਰਹੇ ਸਨ ਤਾਂ ਕਿ ਬਾਕੀ ਸਿੰਘ ਸਰਸਾ ਪਾਰ ਕਰਕੇ ਅੱਗੇ ਸਹੀ ਸਲਾਮਤ ਜਾ ਸਕਣ। ਇਸ ਘਮਸਾਨ ਦੀ ਲੜਾਈ ਵਿੱਚ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਗਏ। ਗੁਰੂ ਜੀ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ, ਜਿਹੜੇ ਕਿ ਬੜੇ ਹੀ ਜੁਝਾਰੂ ਸਨ, ਲੜਦੇ ਲੜਦੇ ਉਹ ਮੁਗਲਾਂ ਦੇ ਘੇਰੇ ਵਿੱਚ ਫਸ ਗਏ। ਇਹ ਦੇਖ ਕੇ ਭਾਈ ਜੀਵਨ ਸਿੰਘ ਜੀ ਉਹਨਾਂ ਦੀ ਥਾਂ 'ਤੇ ਘੇਰਾ ਤੋੜ ਕੇ ਉਹਨਾਂ ਨਾਲ ਲੜਨ ਲੱਗੇ ਅਤੇ ਬਾਬਾ ਅਜੀਤ ਸਿੰਘ ਜੀ ਨੂੰ ਸਰਸਾ ਪਾਰ ਕਰਕੇ ਜਾਣ ਦਾ ਇਸ਼ਾਰਾ ਕੀਤਾ। ਬਾਬਾ ਜੀ ਸਰਸਾ ਪਾਰ ਕਰ ਗਏ ਅਤੇ ਭਾਈ ਜੀਵਨ ਸਿੰਘ ਜੀ ਇਹ ਲੜਾਈ ਲੜਦੇ ਲੜਦੇ ਉਸ ਸਮੇਂ ਸ਼ਹੀਦ ਹੋ ਗਏ। ਇਸ ਜਗ੍ਹਾ 'ਤੇ ਭਾਈ ਉਦੇ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਭਾਈ ਬਚਿੱਤਰ ਸਿੰਘ ਜੀ, ਜੋ ਜੰਗ ਵਿੱਚ ਲੜਦੇ ਸਮੇਂ ਗੰਭੀਰ ਜ਼ਖਮੀ ਹੋ ਗਏ ਸਨ, ਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਲੈ ਗਏ। ਸਰਸਾ ਪਾਰ ਕਰਕੇ ਬਾਬਾ ਅਜੀਤ ਸਿੰਘ ਜੀ ਵੀ ਗੁਰੂ ਜੀ ਅਤੇ ਬਾਕੀ ਸਿੰਘਾਂ ਨਾਲ ਜਾ ਰਲੇ ਅਤੇ ਸ਼ਾਮ ਤੱਕ ਗੁਰੂ ਜੀ, 40 ਸਿੰਘ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਰੋਪੜ ਪਹੁੰਚੇ। ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਥਾਂ ਦੇਣ ਦੀ ਬਜਾਏ ਇੱਟਾਂ ਦੇ ਭੱਠੇ ਵੱਲ ਇਸ਼ਾਰਾ ਕੀਤਾ। ਗੁਰੂ ਜੀ ਅਤੇ ਸਿੰਘ ਉੱਧਰ ਵੱਲ ਨੂੰ ਤੁਰ ਪਏ। ਭੱਠੇ ਦੀ ਜ਼ਮੀਨ 'ਤੇ ਜਾ ਕੇ ਜਦੋਂ ਗੁਰੂ ਜੀ ਦੇ ਘੋੜੇ ਨੇ ਪੌੜ ਰੱਖਿਆ ਤਾਂ ਪੌੜ ਰੱਖਦੇ ਸਾਰ ਹੀ ਮਗਦਾ ਹੋਇਆ ਭੱਠਾ ਠੰਡਾ ਸ਼ਾਂਤ ਹੋ ਗਿਆ ਅਤੇ ਭੱਠੇ ਵਾਲੇ ਇਹ ਦੇਖ ਕੇ ਘਬਰਾ ਗਏ ਕਿਤੇ ਉਹਨਾਂ ਦੀਆਂ ਇੱਟਾਂ ਕੱਚੀਆਂ ਹੀ ਨਾ ਰਹਿ ਜਾਣ ਅਤੇ ਉਹਨਾਂ ਨੂੰ ਨੁਕਸਾਨ ਨਾ ਹੋ ਜਾਵੇ। ਪਰ ਜਦੋਂ ਉਹਨਾਂ ਨੇ ਇੱਟਾਂ ਕੱਢ ਕੇ ਦੇਖੀਆਂ ਤਾਂ ਇੱਟਾਂ ਲਾਲ ਅਤੇ ਪੱਕੀਆਂ ਹੋਈਆਂ ਸਨ। ਇਹ ਦੇਖ ਕੇ ਉਹ ਗੁਰੂ ਜੀ ਦੇ ਚਰਨੀ ਪੈ ਗਏ। ਖੁੱਲ੍ਹੇ ਮੈਦਾਨ ਵਿੱਚ ਗੁਰੂ ਜੀ ਦੇ ਸਿੰਘਾਂ ਨੇ ਇੱਕ ਕੈਂਪ ਬਣਾ ਲਿਆ ਅਤੇ ਜ਼ਖਮੀ ਹੋਏ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਦਾ ਸਾਰਾ ਕਾਰਜ ਭਾਈ ਕੋਟਲਾ ਨਿਹੰਗ ਖਾਂ ਨੇ ਸੰਭਾਲ ਲਿਆ। ਇਹ 7 ਪੋਹ ਦੀ ਠੰਡੀ ਸੀਤ ਰਾਤ ਸੀ ਜਦੋਂ ਗੁਰੂ ਜੀ ਨੇ ਰੋਪੜ ਦੇ ਖੁੱਲ੍ਹੇ ਮੈਦਾਨ ਵਿੱਚ ਆਪਣੇ ਸਿੰਘਾਂ ਨਾਲ ਬਿਤਾਈ, ਜਿੱਥੇ ਕੋਈ ਵੀ ਕੰਧ ਨਹੀਂ ਸੀ।
ਚਾਰੇ ਪਾਸੇ ਠੰਡੀ ਸੀਤ ਹਵਾ ਚੱਲ ਰਹੀ ਸੀ। ਕਿਵੇਂ ਉਹ ਸੱਤ ਪੋਹ ਦੀ ਰਾਤ ਗੁਰੂ ਜੀ ਦੇ ਸਿੰਘਾਂ ਤੇ ਦੋਵੇਂ ਸਾਹਿਬਜ਼ਾਦਿਆਂ ਨੇ ਬਿਤਾਈ, ਅਸੀਂ ਤਾਂ ਇਹ ਸੋਚ ਕੇ ਹੀ ਕੰਮ ਜਾਂਦੇ ਹਾਂ। ਇਸ ਤੋਂ ਅੱਗੇ ਕਿਵੇਂ ਚਮਕੌਰ ਸਾਹਿਬ ਦੀ ਲੜਾਈ ਹੋਈ, ਕਿਵੇਂ ਦੋਵੇਂ ਵੱਡੇ ਸਾਹਿਬਜ਼ਾਦੇ ਜੁਝਾਰੂਆਂ ਵਾਂਗੂ ਬਹਾਦਰਾਂ ਵਾਂਗੂ ਇਸ ਲੜਾਈ ਵਿੱਚ ਡਟ ਕੇ ਲੜੇ ਅਤੇ ਕਿਵੇਂ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀ ਪ੍ਰਾਪਤ ਕੀਤੀ, ਇਹ ਸਭ ਦਾ ਜ਼ਿਕਰ ਕਰਾਂਗੇ ਅਸੀਂ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ। ਸੋ ਉਹਨਾਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜ ਜਾਵੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਉਹਨਾਂ ਵੀਡੀਓਜ਼ ਨੂੰ ਦੇਖਣਾ ਨਾ ਭੁੱਲਣਾ। ਇਹਨਾਂ ਵੀਡੀਓਜ਼ ਨੂੰ ਆਪਣੇ ਹੋਰ ਲੋਕਾਂ ਪਿਆਰਿਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਇਸ ਸ਼ਹੀਦੀ ਹਫ਼ਤੇ ਬਾਰੇ ਅਤੇ ਇਸ ਇਤਿਹਾਸ ਬਾਰੇ ਜਾਣੂ ਹੋ ਸਕਣ। ਮਿਲਦੇ ਹਾਂ ਨਵੀਂ ਵੀਡੀਓ ਵਿੱਚ, ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।